ਹਾਂਜੀ ਜੀਵੇ ਕਬੱਡੀ ਦੇਖਦੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਲੈ ਕੇ ਆਏ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਦੇ ਕਬੱਡੀ ਫਾਈਨਲ ਦਾ ਰਿਜ਼ਲਟ। ਕਬੱਡੀ ਓਪਨ ਦੇ ਵਿੱਚ ਫਾਈਨਲ ਮੈਚ ਹੋਈ ਜੀ ਸੈਦੋਕੇ ਵਰਸਿਸ ਦੀਪਗੜ੍ਹ ਦੇ। ਫਸਟ ਟੀਮ ਸੈਦੋਕੇ ਰਹੀ ਜਿਸਦੇ 15 ਪੁਆਇੰਟ ਸਨ ਅਤੇ ਦੀਪਗੜ੍ਹ ਦੀ ਸੈਕਿੰਡ ਟੀਮ ਰਹੀ ਜਿਸਦੇ 13.5 ਪੁਆਇੰਟ ਸਨ। ਪਹਿਲਾ ਇਨਾਮ 1,00,000 ਰੁਪਇਆ ਸੈਦੋਕੇ ਦੀ ਟੀਮ ਨੂੰ ਦਿੱਤਾ ਗਿਆ, ਦੂਸਰਾ ਇਨਾਮ 70,000 ਰੁਪਇਆ ਦੀਪਗੜ੍ਹ ਦੀ ਟੀਮ ਨੂੰ ਦਿੱਤਾ ਗਿਆ। ਹੁਣ ਗੱਲ ਕਰਦੇ ਹਾਂ ਬੈਸਟ ਯਾਫੀ ਅਤੇ ਬੈਸਟ ਰੇਡਰ ਦੀ। ਦੋਸਤੋ ਬੈਸਟ ਯਾਫੀ ਇਸ ਟੂਰਨਾਮੈਂਟ ਦਾ ਸੇਲੂ ਬਾਹੂਅਕਬਰਪੁਰ ਰਿਹਾ, ਜਿਸਨੇ 8 ਰਨ 3 ਜਫੇ ਲਏ। ਇਕੱਲਾ ਹੀ ਸਾਰੀ ਟੀਮ ਨੂੰ ਜਿਤਾ ਕੇ ਲੈ ਗਿਆ ਸੈਮੀ ਫਾਈਨਲ। ਕੁਆਰਟਰ ਫਾਈਨਲ ਵਿੱਚ ਟੌਪ ਦੇ ਜਫੇ ਲਏ। ਅਤੇ ਬੈਸਟ ਰੇਡਰ ਇਹ ਜੀ ਭੀਮ ਦੁੱਬਲੀ, ਜਿਸਨੇ 12 ਕਬੱਡੀ ਪਾ ਕੇ 11 ਪੁਆਇੰਟ ਪ੍ਰਾਪਤ ਕੀਤੇ। ਦੋਸਤੋ ਬੈਸਟ ਰੇਡਰ ਅਤੇ ਬੈਸਟ ਯਾਫੀ ਨੂੰ ਮੋਟਰਸਾਈਕਲ ਦਿੱਤੇ ਗਏ ਸੀ। ਹੁਣ ਗੱਲ ਕਰਦੇ ਸੀ ਪਲੇਅਰਾਂ ਦੀ। ਸੈਦੂਕੇ ਦੇ ਵਿੱਚ ਪਲੇਅਰ ਖੇਡਦੇ ਸੀਗੇ ਦੋਸਤੋ ਸੇਲੂ ਬਾਹੂਅਕਬਰਪੁਰ, ਭੀਮ ਦੁੱਬਲੀ, ਦੀਪਕ ਕਾਸ਼ਿਪ ਅਤੇ ਬਾਕੀ ਪਿੰਡ ਦੇ ਪਲੇਅਰ ਸੀ ਜਿਨ੍ਹਾਂ ਦਾ ਸਾਨੂੰ ਨਾਂ ਨਹੀਂ ਪਤਾ। ਅਤੇ ਦੀਪਗੜ੍ਹ ਦੇ ਵਿੱਚ ਖੇਡਦੀ ਸੁਲਤਾਨ ਸੰਸਪੁਰ, ਅੰਮ੍ਰਿਤ ਔਲਖਾਂ ਵਾਲਾ ਅਤੇ ਸੀਰਾ ਚੱਕਲੀ ਸੇਰ ਵਾਲਾ, ਅਤੇ ਉਸ ਤੋਂ ਇਲਾਵਾ ਪਿੰਡ ਦੇ ਪਲੇਅਰ ਨੰਨੂ ਹਰਿੰਦਰ ਸਿੰਘ ਦੀਪ ਆਦਿ ਖੇਡਦੇ ਸਨ।